ਸਦਕ ਤੇ ਸਿਰੜ ਦੇ ਪੱਖੋਂ ਇੱਕ ਛੋਟਾ ਜਿਹਾ ਪਿੰਡ ਸਾਰਾ ਗੜੀ ਇਤਿਹਾਸ ਦੇ ਪੰਨਿਆਂ 'ਚ ਵੱਡੀ ਥਾਂ ਮੱਲੀ ਬੈਠਾ ਹੈ ਇਹ ਪਿੰਡ ਜੋ ਕਿ ਪਾਕਿਸਤਾਨ ਵਿੱਚਲੇ ਕੋਹਾਟ ਜ਼ਿਲ੍ਹੇ ਦੀ ਸਰਹੱਦ ਉੱਤੇ ਸੀ ਜਿੱਥੇ 6000 ਫੁੱਟ ਦੀ ਉਚਾਈ ਉੱਤੇ ਬਣੀ ਛੋਟੀ ਜੀ ਗੜੀ ਫੌਜੀ ਨੁਕਤੇ ਤੋਂ ਬੜੀ ਮਹੱਤਵਪੂਰਨ ਸੀ ਤੇ ਅੰਗਰੇਜ਼ਾਂ ਨੇ ਇੱਥੇ ਲੋਖਾਟ ਤੇ ਗੁਲੇਸਤਾਨ ਦੇ ਕਿਲਿਆਂ ਵਿਚਾਲੇ ਹੋਣ ਕਰਕੇ ਵਜ਼ੀਰ ਕਬੀਲੇ ਦੇ ਲੜਾਕੇ ਕਬਾਈਲੀਆਂ ਤੇ ਨਜ਼ਰ ਰੱਖਣ ਲਈ ਸਿੱਖ ਰੈਜੀਮੈਂਟ ਦੇ ਸਿਪਾਹੀ ਨਿਯੁਕਤ ਕੀਤੇ ਹੋਏ ਸਨ 19ਵੀਂ ਸਦੀ ਦੇ ਮੁੱਕਣ ਤੋਂ ਢਾਈ ਕੁ ਸਾਲ ਪਹਿਲਾਂ ਰਾਤੋਂ ਰਾਤ 10000 ਕਬਾਈਲੀਆਂ ਨੇ ਇਹ ਗੜੀ ਘੇਰ ਲਈ ਤੇ ਗੜੀ ਵਿੱਚਲੇ ਸਿਪਾਹੀਆਂ ਦਾ ਮੁਖ ਰੱਖਿਆ ਦਸਤੇ ਨਾਲੋਂ ਸੰਪਰਕ ਟੁੱਟ ਗਿਆ ਉਸ ਸਮੇਂ ਇਹ ਗੜੀ ਹੌਲਦਾਰ ਈਸ਼ਰ ਸਿੰਘ ਦੀ ਕਮਾਨ ਵਿੱਚ ਸੀ ਜਿਸ ਨਾਲ ਇੱਕ ਨਾਇਕ ਇੱਕ ਲਾਂਸ ਨਾਇਕ ਤੇ 18 ਹੋਰ ਸਿੱਖ ਸੈਨਿਕ ਸਨ ਪਰ ਉਹ ਜਿਸ ਸੂਰਬੀਰਤਾ ਸਦਕਾ ਤੇ ਸਿਰੜ ਨਾਲ ਲੜੇ ਉਹ ਸਿੱਖ ਰੈਜੀਮੈਂਟਾਂ ਲਈ ਇੱਕ ਸਦੀਵੀ ਯਾਦ ਬਣ ਗਈ ਉਹਨਾਂ ਇਕੀਆਂ ਨੇ 600 ਤੋਂ ਵੱਧ ਵੈਰੀਆਂ ਨੂੰ ਮਾਰ ਕੇ ਚੌਕੀ ਨੂੰ ਬਚਾਈ ਰੱਖਿਆ ਉਹਨਾਂ ਦੀ ਬਹਾਦਰੀ ਦੇ ਵਿਸ਼ੇ ਉੱਪਰ ਵਿੱਚ ਚਰਚੇ ਹੋਏ ਬਰਤਾਨਵੀ ਪਾਰਲੀਮੈਂਟ ਚ ਪ੍ਰਸ਼ੰਸਾ ਕੀਤੀ ਗਈ ਸੂਰਬੀਰਤਾ ਤੇ ਦ੍ਰਿੜਤਾ ਦੇ ਪੱਖੋਂ ਯੂਨੈਸਕੋ ਵੱਲੋਂ ਇਸ ਲੜਾਈ ਨੂੰ ਸੰਸਾਰ ਦੀਆਂ ਅੱਠ ਮਹਾਨ ਉਦਾਹਰਨਾਂ ਵਿੱਚ ਗਿਣਿਆ ਜਾਂਦਾ ਹੈ ਸਿੱਖਾਂ ਦੀ ਸੂਰਬੀਰਤਾ ਦੀ ਇਹ ਕਹਾਣੀ ਫਰਾਂਸ ਦੇ ਸਕੂਲਾਂ ਚ ਪੜਾਈ ਜਾਂਦੀ ਹੈ ਧੰਨਵਾਦ